ਉਹ ਰਾਸ਼ਨ ਕਿਸੇ ਪਿੰਡ ਚ ਹਲੇ ਕਿਸੇ ਗਰੀਬ ਦੇ ਘਰੇ ਨਹੀਂ ਪਹੁੰਚਿਆ। ਦੇਖੋ ਤੁਹਾਡੇ ਹਰ ਦਾਲ ਪਈ ਆ, ਤੁਹਾਡੇ ਕੋਲ ਘੱਟੋ ਘੱਟ ਹਫ਼ਤੇ ਤੋਂ ਵੱਧ ਰਾਸ਼ਨ ਪਿਆ, ਸਬਜ਼ੀ ਤੁਹਾਡੇ ਕੋਲ ਪਈ ਆ, ਉੱਧਰ ਸਬਜ਼ੀ ਪਈ ਆ, ਸਿਲੰਡਰ ਤੁਹਾਡੇ ਕੋਲ ਭਰਿਆ, ਦੇਖੋ ਇੱਧਰ ਟਿੱਬੀਆਂ ਨੂੰ, ਇੱਧਰ ਹੋ ਗਿਆ ਦੁੱਧੀ, ਇੱਧਰ ਨੂੰ ਆ ਦੇਖੋ, ਇੱਧਰ ਹੋ ਗਈ ਆਲੂ ਪਿਆ, ਸਬਜ਼ੀ ਪਈ ਆ, ਇਹਨੂੰ ਆਟਾ ਚੁੱਕ, ਆਟਾ ਚੁੱਕ ਤਾਂ ਫੇਟ ਕਰ ਦੂੰ, ਕੋਈ ਗੱਲ ਨੀ, ਆਟਾ ਦੇਖੋ ਤੁਹਾਡੇ ਡੱਬੇ ਚ ਪਿਆ, ਮੈਂ ਜਿਹੜੀ ਗੱਲ ਕਰਦਾ ਉਹਦਾ ਜਵਾਬ ਦਿਓ, ਚਾਰ ਤੁਹਾਡੇ ਕੋਲ ਸਿਲੰਡਰ ਆ, ਨੇੜੇ ਤੇੜੇ ਕੋਈ ਜਿਹਨੂੰ ਜਾਣਦਾ ਉਧਰ ਨੂੰ ਤੁਰ ਪੈਂਦੇ ਆ, ਜਿਹਨੂੰ ਕੋਈ ਜਾਣਦਾ ਉਹਨੂੰ ਫੋਨ ਕਰਕੇ ਕਹਿੰਦਾ ਵੀ ਆਪਣੇ ਕੋਲ ਪਿਆ ਸਿਸਟਮ, ਬਿਲਕੁਲ ਵੀ ਆਪਾਂ ਦੇ ਦਾਂਗੇ ਜੀ, ਮੈਂ ਜਿੱਥੇ ਅਸਲ ਤੌਰ ਤੇ ਮਦਦ ਪਹੁੰਚਣੀ ਚਾਹੀਦੀ ਉੱਥੇ ਨਹੀਂ ਪਹੁੰਚ ਰਹੀ ਹਲੇ। ਸੂਲਰ ਕੋਈ ਮਦਦ ਨਹੀਂ ਪਹੁੰਚੀ ਹਜੇ ਤੱਕ, ਇਹ ਘਰਾਟ ਦੇ ਜਿਹੜੇ ਝੋਫੜੀਆਂ ਵਾਲੇ ਨੇ ਇਹ ਬਿਲਕੁਲ ਵਿਚਾਰੇ ਆਟੇ ਦਾਲ ਕਣੀਓ ਬੈਠੇ ਨੇ, ਕਿਉਂਕਿ ਰੋਜ਼ ਦੀ ਰੋਜ਼ ਦਿਹਾੜੀ 'ਤੇ ਜਾਣ ਵਾਲੇ ਮਜ਼ਦੂਰ ਨੇ ਇਹ। ਸਰਕਾਰ ਨੂੰ ਬੇਨਤੀ ਕਰਦੇ ਹਾਂ, ਕੈਪਟਨ ਸਾਹਿਬ ਨੂੰ ਕਰਦੇ ਹਾਂ, ਡੀ ਸੀ ਸਾਹਿਬ ਜਿੰਨੇ ਵੀ ਨੇ, ਵੀ ਇਸ ਤਰ੍ਹਾਂ ਉਹ ਸਾਰੇ ਦੀ ਮੀਟਿੰਗ ਇੱਕ ਲੈ ਲੈਣ, ਪਿੰਡਾਂ 'ਚੋਂ ਸਰਪੰਚਾਂ ਦੀ, ਐਮ ਸੀਆਂ ਦੀ, ਉੱਚ ਤਰੀਕੇ ਨਾਲ ਕਰਕੇ ਉਹ ਲੋਕਾਂ ਤੱਕ ਜਿੱਥੇ ਮਦਦ ਪਹੁੰਚਣੀ ਚਾਹੀਦੀ ਹੈ ਪਹੁੰਚਾਈ ਜਾਵੇ। ਸਾਹਮਣੇ ਮਾਜਤੂ ਜੀ ਕੱਲ੍ਹ ਵੀ ਕਹਿ ਗਏ, ਪਰਸੋਂ ਵੀ ਆ ਗਏ ਨੇ ਸਰਪੰਚ ਸਾਹਿਬ, ਮਾਈ ਅੱਜ ਤੱਕ ਕੋਈ ਨਹੀਂ ਆਇਆ ਮਿਲਾਇਆ, ਪਰ ਜਦ ਤੱਕ ਸਰਕਾਰ ਦੀ ਨਜ਼ਰ ਦੇ ਵਿੱਚ ਜਿਹੜੇ ਬਿਲਕੁਲ ਪੂਰੀ ਪੈਣੀ ਨਜ਼ਰ ਦੇ ਨਾਲ ਉਹ ਲੋਕਾਂ ਦੀ ਮਦਦ ਨਹੀਂ ਹੁੰਦੀ ਜਿਹੜੇ ਹਲੇ ਵੀ ਤੜਪ ਰਹੇ ਨੇ, ਉਹਨਾਂ 'ਚ ਗੱਲ ਨਹੀਂ। ਹਾਂ ਜੀ, ਸਾਰਾ ਕੁਛ ਨਹੀਂ ਸਰਕਾਰ ਦਾ ਆਇਆ, ਅਸੀਂ ਬਿਮਾਰੀ ਨਾਲ ਤਾਂ ਜੀ ਅਸੀਂ ਮਰਦੇ ਨਹੀਂ, ਭੁੱਖੇ ਮਰਾਂਗੇ ਸੀ। ਪਰ ਟਰਾਈ ਕਰਦੇ ਉਹ ਨੰਬਰ ਚੱਕਦੇ ਹੀ ਨਹੀਂ, ਜੇ ਲੱਗਦੇ ਆ ਚੱਕਦੇ ਨਹੀਂ, ਪਹਿਲੀ ਗੱਲ ਲੱਗਦੇ। ਜਿੰਨਾ ਇਸ ਪਰਿਵਾਰ ਨੂੰ ਜ਼ਰੂਰਤ ਆ, ਸ਼ਾਇਦ ਜ਼ਿਲ੍ਹੇ ਪਟਿਆਲੇ ਦੇ ਵਿੱਚ ਕੋਈ ਹੋਰ ਪਰਿਵਾਰ ਅੱਜ ਇਸ ਪਰਿਵਾਰ ਤੱਕ ਸਰਕਾਰ ਨੂੰ ਪਹੁੰਚਣਾ ਚਾਹੀਦਾ। ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਇਹ ਸਮਾਂ, ਕੋਈ ਪਾਰਟੀ ਹੈ ਉਹ ਇਹੀ ਦੇਖਣ ਵੀ ਕਿਹਨੂੰ ਜ਼ਰੂਰਤ ਹੈ, ਜਿਹਨੂੰ ਜ਼ਰੂਰਤ ਆ ਉਹਦੇ ਤੱਕ ਰਾਸ਼ਨ ਪਾਣੀ ਜਾਂ ਪੈਸੇ ਦੀ ਜੋ ਵੀ ਦਿੱਕਤ ਹੈ ਦੂਰ ਹੋਣੀ ਚਾਹੀਦੀ ਹੈ। ਅਤੇ ਰਹੀ ਗੱਲ ਸਰਪੰਚਾਂ ਦੀ, ਸਰਪੰਚ ਮੈਂ ਵੀ ਗੱਲ ਕੀਤੀ ਇੱਕ ਦੋ ਸਰਪੰਚ ਨਾਲ ਵੀ ਪਿੰਡ ਨੂੰ ਸੈਨੀਟਾਈਜ਼ ਕੀਤਾ ਜਾਵੇ, ਵੀ ਚਲੋ ਇਸ ਆਉਣ ਤੋਂ ਪਹਿਲਾਂ ਬਿਮਾਰੀ ਤੋਂ ਜੇ ਰੋਕਥਾਮ ਕਰਾਂਗੇ ਤਾਂ ਹੀ ਬਚੇ। ਬਾਉਂਡਰੀ ਗੱਲ, ਕਈ ਕਹਿੰਦੇ ਵੀ ਨਹੀਂ ਹਲੇ ਆਪਣੇ ਕਿਹੜਾ ਕੁਛ ਹੋਇਆ, ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕਰੰਟ ਇਸ਼ੂ। ਦੋਸਤੋ, ਕਰੰਟ ਇਸ਼ੂ ਦੇ ਵਿੱਚ ਅੱਜ ਦਾ ਵਿਸ਼ਾ ਹੈ ਜੋ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਤੌਰ 'ਤੇ ਲੋਕਡਾਊਨ ਕੀਤਾ ਗਿਆ ਹੈ। ਉਸ ਲੋਕਡਾਊਨ ਦੇ ਵਿੱਚ ਜਿਹੜੇ ਗਰੀਬ ਲੋਕ ਨੇ, ਜਿਹੜੇ ਝੁੱਗੀਆਂ ਚੌਂਫੜੀਆਂ ਵਿੱਚ ਰਹਿੰਦੇ ਨੇ, ਉਹਨਾਂ ਲੋਕਾਂ ਦੀ ਗੱਲ ਕਰਾਂਗੇ। ਔਰ ਉਹ ਲੋਕ ਜਿਹੜੇ ਕਿ ਹੁਣ ਮਤਲਬ ਕਿਸੇ ਵੀ ਕੰਮ ਕਾਰ ਕਰਨ ਵਾਸਤੇ ਬਾਹਰੋਂ ਨਹੀਂ ਨਿਕਲਦੇ, ਉਹਨਾਂ ਦੀ ਗੱਲ ਕਰਾਂਗੇ। ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਲੋਕਾਂ ਦੀ ਮਦਦ ਵਾਸਤੇ ਕੀ ਉਪਰਾਲੇ ਕੀਤੇ ਗਏ ਨੇ, ਜਿਹੜੇ ਉਪਰਾਲੇ ਕੀਤੇ ਗਏ ਨੇ ਕੀ ਉਹ ਉਹਨਾਂ ਤੱਕ ਪਹੁੰਚ ਰਹੇ ਨੇ, ਜਾਂ ਫਿਰ ਅਜੇ ਵੀ ਲੋਕਾਂ ਨੂੰ ਕਰਨੀਆਂ ਪੈ ਰਹੀਆਂ ਬਹੁਤ ਸਾਰੀਆਂ ਪ੍ਰੋਬਲਮਸ ਫੇਸ। ਔਰ ਇੱਕ RBI ਵੱਲੋਂ ਵੀ ਬਹੁਤ ਵੱਡੀ ਇੱਕ ਰਾਹਤ ਜਿਹੜੀ ਹੈ ਉਹਨਾਂ ਵੱਲੋਂ ਅਨਾਊਂਸ ਕੀਤੀ ਗਈ ਸੀ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਜੋ ਲੋਕਡਾਊਨ ਕੀਤਾ ਗਿਆ ਹੈ, 3 ਮਹੀਨੇ ਤੱਕ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਇੰਸਟਾਲਮੈਂਟ ਹੈ ਉਹ ਨਹੀਂ ਦੇਵੋਗੇ। ਮਤਲਬ ਉਸ ਇੰਸਟਾਲਮੈਂਟ ਦਾ ਜਿਹੜਾ 3 ਮਹੀਨੇ ਦਾ ਸਮਾਂ ਹੈ ਦੇਣ ਵਾਸਤੇ
RBI ਨੇ ਅਨਾਊਂਸਮੈਂਟ ਕਰ ਦਿੱਤੀ ਹੈ। ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਕਰੰਟ ਇਸ਼ੂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੀ ਔਰ RBI ਵੱਲੋਂ ਕੀਤੀ ਗਈ ਅਨਾਊਂਸਮੈਂਟ ਦੀ। ਔਰ ਪੂਰੇ ਇਸ ਸਫ਼ਰ ਦੇ ਵਿੱਚ ਮੇਰੇ ਨਾਲ ਜੁੜੇ ਨੇ ਜੀ ਲੋਕ ਜਨ ਸ਼ਕਤੀ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੋਹਨ ਸਿੰਘ ਮਕਬੂਲ ਜੀ। ਮਕਬੂਲ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮਕਬੂਲ ਜੀ, ਕੱਲ੍ਹ RBI ਦੀ ਇੱਕ ਮੈਂ ਸਟੇਟਮੈਂਟ ਪੜ੍ਹ ਰਿਹਾ ਸੀ, ਇੱਕ ਰਾਹਤ ਭਰੀ ਉਹਨਾਂ ਦੀ ਮਤਲਬ ਇੱਕ ਅਨਾਊਂਸਮੈਂਟ ਸੁਣ ਰਿਹਾ ਸੀ ਕਿ 3 ਮਹੀਨਿਆਂ ਤੱਕ ਤੁਸੀਂ ਕੋਈ ਵੀ ਜਿਹੜੀ ਕਿਸ਼ਤ ਹੈ ਉਹ ਨਹੀਂ ਦਿਓਗੇ, ਉਸ ਦੇ ਨਾਲ ਤੁਹਾਨੂੰ ਕਿਸੇ ਕਿਸਮ ਦਾ ਕੋਈ ਜੁਰਮਾਨਾ ਨਹੀਂ ਹੋਏਗਾ, ਤੁਹਾਡਾ ਜਿਹੜਾ ਸਿਬਲ ਦਾ ਸਕੋਰ ਹੈ ਉਸ ਦੇ ਉੱਪਰ ਵੀ ਕੋਈ ਫਰਕ ਨਹੀਂ ਪਏਗਾ। ਇਸ ਅਨਾਊਂਸਮੈਂਟ ਨੂੰ ਤੁਸੀਂ ਕਿੱਥੋਂ ਤੱਕ ਠੀਕ ਸਮਝਦੇ ਹੋ? ਸੋਮ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਆਪਣੇ ਦੇਸ਼ ਦੇ ਵਿੱਚ ਜਾਂ ਪੂਰੇ ਕੰਟਰੀਆਂ ਦੇ ਵਿੱਚ ਕਰੋਨਾ ਵਾਇਰਸ ਦੀ ਮਾਰ ਥੱਲੇ ਸਾਰੇ ਆਏ ਹੋਏ ਨੇ ਜੀ, ਅਤੇ ਇਸੇ ਦੇ ਤਹਿਤ RBI ਨੇ ਐਲਾਨ ਕੀਤਾ ਇੰਡੀਆ ਦੇ ਵਿੱਚ ਵੀ ਜੀ ਵੀ ਜਿਹੜੀਆਂ ਕਿਸ਼ਤਾਂ ਨੇ 3 ਮਹੀਨੇ ਇਹ ਅੱਗੇ ਕਰਤੀਆਂ। ਪਰ ਸੋਚਣ ਵਾਲੀ ਗੱਲ ਸੋਮ ਜੀ ਇਹ ਹੈ, ਜਿਹੜੇ ਬੰਦੇ 3 ਮਹੀਨੇ ਘਰ ਦੇ ਵਿੱਚ ਬੈਠੇ ਆ, ਕਿਸੇ ਦਾ ਕਿਸੇ ਤਰ੍ਹਾਂ ਦਾ ਲੋਨ ਹੈ, ਗੱਡੀਆਂ ਦਾ ਲੋਨ ਹੈ ਜਾਂ ਕੋਈ ਕਿਸੇ ਤਰ੍ਹਾਂ ਦੀਆਂ ਵੀ ਕਿਸ਼ਤਾਂ ਨੇ, ਹਾਊਸਿੰਗ ਲੋਨ ਹੈ, ਹਾਊਸਿੰਗ ਲੋਨ ਹੈ, ਕਾਰ ਲੋਨਸ ਹੈ, ਕਾਰ ਲੋਨ, ਸ਼ਾਪਸ ਦੇ ਉੱਪਰ ਕੰਮ ਕਰਨ ਲਈ ਲੈਣ ਲਈ ਵਾਸਤੇ ਅਲੱਗ ਅਲੱਗ ਲੋਨ ਲਏ ਹੋਏ ਨੇ, ਬਿਲਕੁਲ। ਜਿਹੜੇ ਬੰਦੇ ਹੁਣ 3 ਮਹੀਨੇ ਤੋਂ ਕਿਸੇ ਦੀ ਕੋਈ ਛੋਟੀ ਇੰਡਸਟਰੀ ਹੈ, ਕੋਈ ਜੋਬ 'ਤੇ ਜਾਂਦਾ ਸੀ, ਕੋਈ ਪ੍ਰਾਈਵੇਟ ਫੈਕਟਰੀਆਂ ਜਾਂਦਾ ਜਾਂ ਕੋਈ ਕਾਰੋਬਾਰ ਕਰਕੇ ਕੋਈ ਆਪਣਾ ਗੁਜ਼ਾਰਾ ਚਲਾਉਂਦਾ, ਉਹਦੇ ਵਿੱਚੋਂ ਕਿਸ਼ਤਾਂ ਕੱਢਣੀਆਂ ਨੇ, ਬਿਲਕੁਲ। ਹੁਣ 3 ਮਹੀਨੇ ਤਾਂ ਕੰਮ ਨਹੀਂ ਹੈ ਹਲੇ, ਆ ਲਾ ਲਓ ਹੁਣ ਤਾਂ ਲੋਕਡਾਊਨ ਕਰਕੇ ਟੋਟਲੀ ਕੰਮ ਖਤਮ ਹੈ, ਖਤਮ ਹੈ ਜੀ, ਤੇ ਉਹ ਬੰਦਾ 3 ਮਹੀਨੇ ਬਾਅਦ ਇਕੱਠੀਆਂ ਕਿਸ਼ਤਾਂ ਕਿੱਥੋਂ ਭਰ ਦੂ ਫਿਰ? ਪ੍ਰੋਬਲਮ ਤਾਂ ਇੱਕ ਕਿਸ਼ਤ ਭਰਨ ਦੀ ਬੰਦੇ ਨੂੰ ਬੜੀ ਮੁਸ਼ਕਲ ਹੁੰਦੀ ਹੈ, ਬਹੁਤ ਮੁਸ਼ਕਲ ਆ ਜਾਂਦੀ ਵੀ, ਇਹ ਵੀ ਇੱਕ ਕੋਈ ਵੱਡੀ ਰਾਹਤ ਵਾਲੀ ਮੈਨੂੰ ਤਾਂ ਗੱਲ ਲੱਗਦੀ ਨਹੀਂ। ਨਹੀਂ, 3 ਮਹੀਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ 3 ਮਹੀਨੇ ਦਾ ਤੁਹਾਡਾ ਗੈਪ ਹੈ ਉਹ 3 ਮਹੀਨੇ ਅਗਲੇ, ਯਾਨੀ ਕਿ ਮਹੀਨੇ ਦੀ ਇੱਕੋ ਹੀ ਕਿਸ਼ਤ ਦੇਣੀ ਹੈ। ਪਰ ਭਰਨੀ ਤਾਂ ਪੈਣੀ ਹੈ ਨਾ, ਭਰਨੀ ਤਾਂ ਪੈਣੀ ਹੈ, ਭਰਨੀ ਪੈਣੀ ਹੈ ਵੀ ਅੱਗੇ ਅੱਗੇ ਕਰ ਦੇਣਗੇ, ਬਿਲਕੁਲ। ਪਰ ਇੱਥੇ RBI ਜਾਂ ਅਲੱਗ ਕਈ ਕੰਟਰੀਆਂ ਨੇ ਦੇਖੋ ਆਪਣੇ ਲੋਕਾਂ ਲਈ ਫਾਇਦਾ ਇਹ ਕੀਤਾ, ਉਹਨਾਂ ਨੇ ਮਾਫ਼ ਕਰਤੀਆਂ, ਪੈਸੇ ਦਿੱਤੇ ਆ ਗੌਰਮੈਂਟ ਨੇ ਉਹਨਾਂ ਦੇ ਖਾਤਿਆਂ 'ਚ ਦੇ ਰਹੇ ਨੇ ਖਰਚੇ ਲਈ। ਮੈਨੂੰ ਆਪਣੇ ਤਾਂ ਗੌਰਮੈਂਟ ਨੇ ਹਾਲੇ ਤੱਕ ਕਿਸੇ ਦੇ ਮੈਨੂੰ ਲੱਗਦਾ ਖਾਤੇ 'ਚ ਨਹੀਂ ਪਾਏ ਪੈਸੇ। 3-3 ਹਜ਼ਾਰ ਦੀ ਅਨਾਊਂਸਮੈਂਟ ਹੋ ਚੁੱਕੀ ਹੈ, ਪਰ ਉਹ ਜਿਹੜੇ ਰਜਿਸਟਰਡ ਹੈ ਕੰਮ ਉਹਨਾਂ ਲਈ ਹੈ ਨਾ, ਗੱਲ ਆਪਾਂ ਉਸ ਦਿਨ ਵੀ ਕਰਦੇ ਸੀ, ਰਜਿਸਟਰਡ ਕੰਮ ਹੈ ਤਾਂ 10% 5% ਬਾਕੀ ਜਿਹੜੇ ਰੇਹੜੀਆਂ ਵਾਲੇ ਆ ਜਿਹੜੇ ਆਪਣਾ ਕੰਮ ਕਾਰੋਬਾਰ ਕਰਦੇ ਆ ਸੜਕਾਂ ਦੇ ਸਾਈਡਾਂ 'ਤੇ ਰੇਹੜੀਆਂ ਚਲਾਉਂਦੇ, ਰੇਹੜੀ ਫੇੜੀ ਕਿਸੇ ਵੀ ਤਰ੍ਹਾਂ ਦਾ ਛੋਟਾ ਕੰਮ ਕਾਰ, ਕੋਈ ਕੁਲਚੇ ਵੇਚਦਾ, ਕੋਈ ਕੁਛ ਕਰਦਾ ਜੀ, ਤੇ ਕੋਈ ਦਿਹਾੜੀ 'ਤੇ ਜਾਂਦਾ, ਉਹਨਾਂ ਲਈ ਤਾਂ ਕੁਛ ਵੀ ਨਹੀਂ ਹੈ। ਉਹੀ ਲੋਕ ਮੁਸ਼ਕਲ ਦਾ ਸਾਹਮਣਾ ਕਰ ਰਹੇ ਨੇ ਜਿਹੜੇ ਅਮੀਰ ਲੋਕ ਹੈ, ਸਰਦੇਪੁਰ ਦੇ ਜਿਹੜੇ ਖਾਣ ਪੀਣ ਵਾਲੇ ਆ, ਉਹਨਾਂ ਦੇ ਘਰਾਂ 'ਚ ਵੀ ਸਾਰਾ ਕੁਛ ਹੈ ਦੇਖੋ, ਅਤੇ ਫਾਇਦਾ ਵੀ ਤਕਰੀਬਨ ਲਈ ਜਾਂਦੇ ਆ ਬਿਲਕੁਲ। ਨਾ ਕਿਸੇ ਤਰ੍ਹਾਂ ਗੱਲ ਆਉਂਦੀ ਹੈ ਗਰੀਬ ਜਨਤਾ ਦੀ, ਜਿਹਨਾਂ ਦਾ ਫਾਇਦਾ ਹੋਣਾ ਚਾਹੀਦਾ, ਜੇ ਇਹ ਫਾਇਦਾ ਕਰਨਾ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ RBI ਨੇ, ਤਾਂ ਇਹ ਹੁੰਦਾ ਵੀ ਚਲੋ ਕੁਛ ਨਾ ਕੁਛ ਪਰਸੈਂਟ 50% ਮਾਫ਼ ਹੀ ਕਰ ਦਿੰਦੇ, ਵੀ ਜੇ ਕਦੀ 10,000 ਕਿਸ਼ਤਾਂ ਨੂੰ 5,000 ਹੀ ਭਰਨਾ ਪਊਗਾ, ਮਤਲਬ ਹਾਫ ਐਂਡ ਹਾਫ਼ ਕਰ ਦਿੰਦੇ, ਕੁਛ ਨਾ ਕੁਛ ਫਾਇਦਾ ਤਾਂ ਹੁੰਦਾ ਜੀ। ਜੇ ਭਰਨੀ ਨੇ ਲੇਟ ਭਰਨੀ ਆ, ਅੱਜ ਭਰਨੀ ਆ, ਫਿਰ ਉਹ ਕੋਈ ਵੱਡੀ ਰਾਹਤ ਵਾਲੀ ਗੱਲ ਹੈ। ਅੱਛਾ, ਦੂਸਰੇ ਪਾਸੇ ਬਹੁਤ ਸਾਰੇ ਇਸ ਤਰ੍ਹਾਂ ਦੇ ਈਵਨ ਪੰਜਾਬੀ ਚੈਨਲ 'ਤੇ ਫੋਨਸ ਵੀ ਆਉਂਦੇ ਨੇ ਕਿ ਬਿਜਲੀ ਦੇ ਬਿੱਲ ਜਿਹੜੇ ਨੇ, ਜੇਕਰ ਬਿਜਲੀ ਦੇ ਬਿੱਲ ਦੀ ਕੀਤੀ ਜਾਵੇ ਤਾਂ 3 ਮਹੀਨੇ ਤੋਂ ਬਾਅਦ 2 ਮਹੀਨੇ ਤੋਂ ਬਾਅਦ ਬਿਜਲੀ ਦਾ ਬਿੱਲ ਵੀ ਤਿਆਰ ਹੈ। ਅੰਬਾ ਗੱਲ ਉੱਥੇ ਆ ਗਈ ਫਿਰ, ਇਹ ਵੀ ਉਹੀ ਸਿਸਟਮ ਹੈ। ਪੰਜਾਬ ਸਰਕਾਰ ਜਾਂ ਤਾਂ ਇਹ ਕਹਿੰਦੀ ਵੀ 10,000 ਤੋਂ ਥੱਲੇ ਜਿਹਦਾ ਬਿੱਲ ਉਹਨੂੰ ਮਾਫ਼ ਹੀ ਕਰ ਦਿੰਦੇ, ਮਾਫ਼ ਕਰ ਦਿਓ, ਕਿਉਂ ਐਡੀ ਸੰਕਟ ਦੀ ਘੜੀ ਇਹਦੇ ਵਿੱਚ ਕੋਈ ਆਪਣੀ ਮਰਜ਼ੀ ਨਾਲ ਤਾਂ ਕੋਈ ਫ੍ਰੀ ਬੈਠਾ ਨਹੀਂ ਜੀ, ਬਿਲਕੁਲ। ਸਰਕਾਰਾਂ ਚਾਹੁਣ ਤਾਂ ਕੀ ਨਹੀਂ ਕਰ ਸਕਦੀਆਂ, ਜੇ ਮੋਟਰਾਂ ਦੇ ਬਿੱਲ ਪਿਛਲੀਆਂ ਸਰਕਾਰਾਂ ਦੇ ਮਾਫ਼ ਹੀ ਹੋ ਸਕਦੇ ਨੇ ਤਾਂ ਕੀ ਘਰਾਂ ਦੇ ਨਹੀਂ ਹੋ ਸਕਦੇ? 2 ਮਹੀਨੇ ਲਈ ਘਰਾਂ ਦੇ ਬਿੱਲ ਵੀ ਮਾਫ਼ ਹੋ ਸਕਦੇ ਆ, ਬਿਲਕੁਲ ਮਾਫ਼ ਕਰ ਦਿੰਦੇ ਵੀ 2-2 ਮਹੀਨੇ ਦਾ ਬਿੱਲ ਮਾਫ਼ ਹੀ ਕਰਤਾ, ਜਿਹੜਾ ਚਲੋ ਵੱਡਾ ਕਿਤੇ ਜ਼ਿਆਦਾ ਕੋਈ ਰਕਮ ਹੈ ਕਿਸੇ ਦੀ
ਉਹ ਜਿਹੜਾ ਵੱਡਾ ਬੰਦਾ ਉਹਦਾ ਵੱਡਾ ਬਿੱਲ ਹੋਊ ਭਰ ਵੀ ਸਕਦਾ, ਵੱਡਾ ਜਿਹੜਾ ਕੋਈ 5,000, 2,000, 1,000 ਇੱਦਾਂ ਦੇ ਬਿੱਲ ਨੇ ਤਾਂ ਮਾਫ ਹੀ ਕਰ ਦੇਣੇ ਚਾਹੀਦੇ। ਬਿਲਕੁਲ, ਮਤਲਬ ਬਹੁਤ ਵਧੀਆ ਗੱਲ ਕੀਤੀ ਹੈ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਹੀ ਕਿ RBI ਦੀ ਇਹ ਰਾਹਤ ਤਾਂ ਹੈ, ਲੇਕਿਨ ਜੇ 3 ਮਹੀਨੇ ਜਿਹੜੇ ਨੇ ਉਹ 3 ਮਹੀਨੇ ਦਾ ਮਾਫ ਹੀ ਕਰ ਦੇਣ ਤਾਂ ਸ਼ਾਇਦ ਹੋਰ ਲੋਕਾਂ ਦੇ ਚਿਹਰੇ 'ਤੇ ਜਿਹੜੀ ਮਾਯੂਸੀ ਹੈ ਉਹ ਖੁਸ਼ੀ ਵਿੱਚ ਬਦਲ ਸਕਦੀ ਹੈ। ਔਰ ਇਸੇ ਤਰ੍ਹਾਂ ਬਿਜਲੀ ਦਾ ਬਿੱਲ, ਲੇਕਿਨ ਮਕਬੂਲ ਜੀ ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ, ਅਜੇ ਸਰਕਾਰ ਵੱਲੋਂ ਦੇਖੋ ਕੋਸ਼ਿਸ਼ ਕੀਤੀ ਜਾ ਰਹੀ ਹੈ, ਨੰਬਰ ਜਾਰੀ ਕੀਤੇ ਗਏ ਨੇ, ਲੋਕਾਂ ਤੱਕ ਸਮਾਨ ਪਹੁੰਚ ਵੀ ਰਿਹਾ, ਲੇਕਿਨ ਪਿੰਡਾਂ ਦੇ ਵਿੱਚ ਅਜੇ ਵੀ ਲੋਕ ਜਿਹੜੇ ਹੈ ਉਹ ਸਰਕਾਰ ਦੀ ਮਦਦ ਨੂੰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਵੱਲ ਵੇਖ ਰਹੇ ਨੇ। ਬਹੁਤ ਵਧੀਆ ਸਵਾਲ ਹੈ ਜੀ। ਪਿੰਡਾਂ ਦੇ ਵਿੱਚ ਡੇਲੀ ਅਕਸਰ ਹੀ ਗੱਲਬਾਤ ਹੁੰਦੀ ਹੈ ਲੋਕਾਂ ਨਾਲ, ਚੈਨਲ ਦੇ ਪੱਤਰਕਾਰ ਘੁੰਮਦੇ ਆ, ਲੋਕਾਂ ਦੀ ਕਿ ਡਿਮਾਂਡ ਆ, ਥੱਲੇ ਮੈਸੇਜ ਵੀ ਪੜ੍ਹਦੇ ਆ, ਸਾਡੇ ਤੱਕ ਕੋਈ ਰਾਹਤ ਪਹੁੰਚੀ ਨਹੀਂ। ਮੈਡੀਕਲ ਮੈਡੀਕਲ ਸਹੂਲਤ ਪਿੰਡਾਂ 'ਚ ਕੋਈ ਨਹੀਂ, ਕੋਈ ਨਹੀਂ। ਜਿਹੜੇ ਡਾਕਟਰ ਸੀ ਉਹ ਜਿਹੜੇ ਪਿੰਡਾਂ 'ਚ ਖੋਲ੍ਹ ਕੇ ਸ਼ੋਪ ਬੈਠੇ ਉਹ ਘਰਾਂ 'ਚ ਬਹਿ ਗਏ ਆ, ਕੋਈ ਵੀ ਪ੍ਰੋਬਲਮ ਹੈ ਉਹ ਬੜੇ ਦੁਖੀ ਹੈ ਲੋਕ। ਬਿਲਕੁਲ। ਦੂਜੀ ਗੱਲ ਜਿੱਦਾਂ ਰਾਸ਼ਨ ਦੀ ਗੱਲ ਹੈ, ਮੈਨੂੰ ਨਹੀਂ ਲੱਗਦਾ ਕਿਸੇ ਪਿੰਡ 'ਚ ਅੱਜ ਦੀ ਡੇਟ, ਅੱਜ ਤਰੀਕ 28 ਹੋ ਗਈ ਹੈ, ਬਿਲਕੁਲ 5-6 ਦਿਨ ਹੋ ਗਏ ਜੀ। ਸ਼ਹਿਰਾਂ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਇਹਨਾਂ ਨੇ ਸਿਸਟਮ ਕਰਕੇ ਭੇਜੇ ਆ, ਪਰ ਉਹ ਵੀ ਕੋਈ ਵੱਡੀ ਗੱਲ ਨਹੀਂ ਹੋ ਰਹੀ। ਮਤ ਇੰਤਜ਼ਾਮਾਂ ਦੀ ਬਹੁਤ ਕਮੀ ਹੈ ਪਿੰਡਾਂ ਦੇ ਵਿੱਚ, ਨਾ ਕੋਈ ਰੇਹੜੀ ਫੜੀ ਵਾਲਾ, ਨਾ ਕੋਈ ਕਿਸੇ ਤਰ੍ਹਾਂ ਕੋਈ ਗੱਡੀ ਦੇ ਵਿੱਚ ਰਾਸ਼ਨ, ਨਾ ਕੋਈ ਸਬਜ਼ੀ ਦਾ ਕੋਈ ਸਿਸਟਮ ਨਹੀਂ ਹਲ ਤੱਕ ਬਣਿਆ, ਕਿਸੇ ਪਿੰਡ 'ਚ ਕੋਈ ਪਹੁੰਚਿਆ ਨਹੀਂ। ਸਾਰੇ ਲੋਕ ਇਹ ਡਿਮਾਂਡ ਕਰਦੇ ਆ ਵੀ ਸਾਡੇ ਤੱਕ ਵੀ ਪਹੁੰਚਾਇਆ ਜਾਵੇ। ਮਕਬੂਲ ਜੀ, ਇੱਥੇ ਆਪਾਂ ਵੀ ਲੋਕ ਆਪਣਾ ਜੇ ਪਛੋਕੜ ਲਈਏ, ਆਪਾਂ ਵੀ ਪਿੰਡਾਂ 'ਚੋਂ ਹਾਂ, ਔਰ ਪਿੰਡ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਜੇ ਇੱਕ ਦੇ ਘਰ ਪ੍ਰੋਬਲਮ ਆ ਗਈ ਤਾਂ ਸਾਰੇ ਪਿੰਡ ਦੀ ਸਮੱਸਿਆ ਬਣ ਜਾਂਦੀ ਹੈ। ਕੀ ਤੁਸੀਂ ਇਹ ਪਿੰਡ ਦੇ ਕੁਛ ਪਤਵੰਤੇ ਸੱਜਣਾਂ ਨੂੰ, ਮੋਤਬਰ ਸੱਜਣਾਂ ਨੂੰ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਕਿ ਪਿੰਡ ਦੇ ਵਿੱਚ ਕੁਛ ਗਰੀਬ ਪਰਿਵਾਰ ਸਿਲੈਕਟ ਕੀਤੇ ਜਾਣ ਔਰ ਉਹਨਾਂ ਦੀ ਰਾਹਤ ਭਰਿਆ, ਮਤਲਬ ਰਾਸ਼ਨ ਜਿਹੜਾ ਪਹੁੰਚਾਇਆ ਜਾਵੇ? ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ। ਪਿੰਡ ਦੇ ਵਿੱਚ ਪਤਵੰਤੇ ਸੱਜਣ ਲਾ ਲਓ ਜਾਂ ਪੰਚਾਇਤ ਚੁਣੀ ਹੋਈ ਲਾ ਲਓ, ਸਰਪੰਚ ਸਾਹਿਬ ਲਾ ਲਓ, ਸ਼ਹਿਰਾਂ 'ਚ MC ਲਾ ਲਓ ਜੀ, ਉਹੀ ਦੱਸ ਸਕਦੇ ਨੇ ਵੀ ਵਾਕਈ ਕਿਹਨੂੰ ਜ਼ਰੂਰਤ ਹੈ। ਯੈਸ, ਉਹਨਾਂ ਨੂੰ ਪਤਾ ਹੁੰਦਾ ਆਪਣੇ ਏਰੀਏ ਦਾ। ਬਿਲਕੁਲ, ਇਸ ਟਾਈਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਮੌਕਾ ਹੈ ਜੀ। ਉਹ ਪਰਮਾਤਮਾ ਨੂੰ ਸਭ ਨੇ ਜਾਨ ਦੇਣੀ ਹੈ, ਇਹ ਨਹੀਂ ਵੀ ਆਪਣੇ ਆਪਣੇ ਬੰਦਿਆਂ ਦੀ ਮਦਦ ਹੋ ਜਾਵੇ ਕਿਸੇ ਤਰ੍ਹਾਂ ਪੈਸੇ ਦੀ ਜਾਂ ਰਾਸ਼ਨ ਦੀ, ਨਾ, ਜਿਹਨੂੰ ਵਾਕਈ ਜ਼ਰੂਰਤ ਹੈ ਜੀ, ਉਹ ਪਿੰਡਾਂ ਦੇ ਸਰਪੰਚ, ਪੰਚਾਇਤ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, MC ਜਿੱਥੇ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਮਦਦ ਕਰਾਉਣ ਜੀ। ਤੁਸੀਂ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕੀਤੀ ਹੈ ਜੀ, ਬਹੁਤ ਸ਼ੁਕਰ ਹੈ ਸਾਰੇ ਅੱਗੇ ਆਏ ਨੇ, ਅੱਗੇ ਆਏ ਨੇ, ਬਿਲਕੁਲ ਬਹੁਤ ਮਦਦ ਕਰ ਰਹੇ ਨੇ, ਪਰ ਉਹ ਸਿੱਧੀ ਲੋਕਾਂ ਤੱਕ ਮਦਦ ਹੋ ਵੀ ਨਹੀਂ ਜਾ ਰਹੀ। ਸਰਕਾਰ ਨੂੰ ਜਾਂ ਕਿਸੇ ਨੂੰ ਉਹ ਕੋਈ ਪੈਸੇ ਦੇ ਰਿਹਾ, ਬੜੇ ਬੜੇ ਮੰਦਰਾਂ ਦੇ ਟਰੱਸਟ ਹੈ ਸਰਕਾਰ ਨੂੰ ਪੈਸੇ ਦੇ ਰਹੇ ਨੇ, ਉਹ ਰਾਹਤ ਕੋਸ਼ ਫੰਡ ਵਿੱਚ ਪਾਈ ਜਾ ਰਹੇ ਆ। ਦੂਜੀ ਆ ਗਈ ਰਾਸ਼ਨ ਦੀ, ਉਹ ਰਾਸ਼ਨ ਕਿਸੇ ਪਿੰਡ 'ਚ ਹਲੇ ਕਿਸੇ ਗਰੀਬ ਦੇ ਘਰੇ ਨਹੀਂ ਪਹੁੰਚਿਆ, ਉਹ ਨੇੜੇ ਤੇੜੇ ਕੋਈ ਜਿਹਨੂੰ ਜਾਣਦਾ ਉਧਰ ਨੂੰ ਤੁਰ ਪੈਂਦੇ ਆ, ਜਿਹਨੂੰ ਕੋਈ ਜਾਣਦਾ ਉਹਨੂੰ ਫੋਨ ਕਰਕੇ ਕਹਿੰਦਾ ਵੀ ਆਪਣੇ ਕੋਲ ਪਿਆ ਸਿਸਟਮ, ਬਿਲਕੁਲ ਵੀ ਆਪਾਂ ਦੇ ਦਾਂਗੇ ਜੀ। ਮੈਂ ਜਿੱਥੇ ਅਸਲ ਤੌਰ 'ਤੇ ਮਦਦ ਪਹੁੰਚਣੀ ਚਾਹੀਦੀ ਉੱਥੇ ਨਹੀਂ ਪਹੁੰਚ ਰਹੀ ਹਲੇ ਵੀ। ਸਰਕਾਰ ਨੂੰ ਬੇਨਤੀ ਕਰਦੇ ਹਾਂ, ਕੈਪਟਨ ਸਾਹਿਬ ਨੂੰ ਕਰਦੇ ਹਾਂ, DC ਸਾਹਿਬ ਜਿੰਨੇ ਵੀ ਨੇ, ਵੀ ਇਸ ਤਰ੍ਹਾਂ ਉਹ ਸਾਰੇ ਦੀ ਮੀਟਿੰਗ ਇੱਕ ਲੈ ਲੈਣ, ਪਿੰਡਾਂ 'ਚੋਂ ਸਰਪੰਚਾਂ ਦੀ, MCਾਂ ਦੀ, ਕੁਛ ਤਰੀਕੇ ਨਾਲ ਕਰਕੇ ਉਹ ਲੋਕਾਂ ਤੱਕ ਜਿੱਥੇ ਮਦਦ ਪਹੁੰਚਣੀ ਚਾਹੀਦੀ ਹੈ ਪਹੁੰਚਾਈ ਜਾਵੇ, ਔਰ ਜਿੱਥੇ ਮਦਦ ਪਹੁੰਚਣੀ ਚਾਹੀਦੀ ਹੈ। ਲੇਕਿਨ ਮਕਬੂਲ ਜੀ, ਜਿੱਥੇ ਮਦਦ ਪਹੁੰਚਣੀ ਚਾਹੀਦੀ ਹੈ ਉੱਥੇ ਪਹੁੰਚਾਈ ਜਾਵੇ, ਲੇਕਿਨ ਕੁਛ ਇਹੋ ਜਿਹੀਆਂ ਵੀ ਈਵਨ ਪੰਜਾਬੀ ਚੈਨਲ ਕੋਲ ਵੀਡੀਓਜ਼ ਆਈਆਂ ਨੇ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਰਾਸ਼ਨ ਨਾਲ ਭਰੇ ਹੋਏ ਨੇ, ਲੇਕਿਨ ਰਾਸ਼ਨ ਨਾਲ ਭਰੇ ਹੋਣ ਦੇ ਬਾਵਜੂਦ ਵੀ ਉਹ ਇਲਾਕੇ ਦੇ DC ਸਾਹਿਬ ਨਾਲ ਸੰਪਰਕ ਕਰਦੇ ਨੇ ਕਿ ਅਸੀਂ ਭੁੱਖੇ ਮਰ ਗਏ, ਇਲਾਕੇ ਦੇ ਪੁਲਿਸ ਆਫਿਸਰਾਂ ਨਾਲ ਸੰਪਰਕ ਕਰਦੇ ਨੇ ਕਿ ਅਸੀਂ ਭੁੱਖੇ ਮਰ ਗਏ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਉਹੀ ਗੱਲ ਆ ਗਈ, ਦੇਖੋ ਜੀ ਆਪਾਂ ਪਹਿਲਾਂ ਗੱਲ ਕਰ ਕੱਟਿਆ ਸੋਮ ਜੀ, ਵੀ ਉਹ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਰਨੀ ਪੈਣੀ ਹੈ ਜੀ। ਜਿਹੜੇ ਲੋਕ ਬਿਲਕੁਲ ਝੂਠ ਫੇਕ, ਆਪਾਂ ਵੀਡੀਓ ਦੇਖੀ ਹੈ, ਮੈਂ ਬਿਲਕੁਲ ਉਹ ਕਰਤਾ ਫੋਨ ਚੱਕ ਕੇ DC ਸਾਹਿਬ ਨੂੰ ਕਿੱਡਾ ਡਿਸਟਰਬ ਕੀਤਾ, ਉਹਨਾਂ ਨੇ ਅੱਗੇ ਅੱਗੇ ਟੀਮਾਂ ਲਾ ਕੇ ਉਹਨੂੰ ਖੋਜ ਕੇ ਲੱਭ ਕੇ ਉਹਦੇ ਘਰ ਚਲੇ ਜੀ, ਸਮਾਨ ਸਾਰਾ ਹੀ ਪਿਆ, ਸਾਰਾ ਹੀ ਪਿਆ। ਇਹ ਗਲਤ ਗੱਲਾਂ ਨੇ, ਬਿਲਕੁਲ
ਇੱਥੇ ਇਸ ਟਾਈਮ ਇੱਕ ਸੰਕਟ ਦੀ ਘੜੀ ਜਿਹੜੀ ਕਿਸੇ ਬੰਦੇ ਵੱਲੋਂ ਨਹੀਂ ਹੈ ਜੀ, ਇਹ ਬਹੁਤ ਵੱਡਾ ਸੰਕਟ ਹੈ। ਬਿਲਕੁਲ, ਇਹਦੇ ਵਿੱਚ ਉਹੀ ਲੋਕਾਂ ਦੀ ਮਦਦ ਕੀਤੀ ਜਾਵੇ, ਲੋਕ ਸਿਆਣੇ ਹੋ ਕੇ ਉਹੀ ਗੱਲ ਕਰਨ ਜਿਨ੍ਹਾਂ ਨੂੰ ਜ਼ਰੂਰਤ ਹੈ ਜ਼ਰੂਰ, ਤੇ ਉਹ ਜਿਹੜੇ ਮਦਦ ਕਰਨ ਵਾਲੇ ਨੇ ਉਹਨਾਂ ਨੂੰ ਵੀ ਇਹੀ ਆ ਵੀ ਜਿਹਦੀ ਜ਼ਰੂਰਤ ਦਾ ਲੋੜ ਆ ਉੱਥੇ ਜ਼ਰੂਰ ਉਹਦਾ ਹੱਲ ਕਰ। ਹੁਣ ਪੁਲਿਸ ਉਸ ਬੰਦੇ 'ਤੇ ਕੇਸ ਕਰੇਗੀ, ਉੱਥੇ ਕਿਹਾ ਗਿਆ ਕਿ ਇਹ ਤੁਹਾਡੇ ਖਿਲਾਫ਼ ਕਾਰਵਾਈ ਹੋਏਗੀ, ਲੇਕਿਨ ਦੋਸਤੋ ਇਹੋ ਜਿਹੀ ਗਲਤੀ ਆਪਾਂ ਕਰਦੇ ਕਿਉਂ ਹਾਂ? ਮਕਬੂਲ ਜੀ, ਅਗਲਾ ਮੇਰਾ ਜਿਹੜਾ ਪ੍ਰਸ਼ਨ ਹੈ, ਬਹੁਤ ਸਾਰੀ ਲੇਬਰ ਜਿਹੜੀ ਹੈ ਉਹ ਅਲੱਗ ਅਲੱਗ ਸੂਬਿਆਂ ਤੋਂ ਪੰਜਾਬ ਦੇ ਵਿੱਚ ਆਈ ਹੋਈ ਹੈ, ਉਹ ਵਿਚਾਰੇ ਰੋਜ਼ਮਰਾ ਦੀ ਜ਼ਿੰਦਗੀ 'ਚ ਕਮਾਉਂਦੇ ਨੇ, ਕੋਈ ਆਟੋ ਰਿਕਸ਼ਾ ਚਲਾਉਂਦਾ, ਕੋਈ ਰਿਕਸ਼ਾ ਚਲਾਉਂਦਾ, ਕੋਈ ਸੜਕਾਂ 'ਤੇ ਮਜ਼ਦੂਰੀ ਕਰਦਾ, ਔਰ ਕੋਈ ਸ਼ੋਪਸ 'ਤੇ ਲੱਗਾ ਹੈ, ਉਹਨਾਂ ਦੇ ਕੰਮ ਠੱਪ ਨੇ, ਉਹਨਾਂ ਵਾਸਤੇ ਕੀ ਕਰਨਾ ਚਾਹੀਦਾ ਹੈ? ਕੱਲ੍ਹ ਮੈਂ ਇਵਨ ਪੰਜਾਬੀ 'ਤੇ ਦੇਖ ਰਿਹਾ ਸੀ, ਮੋਗੇ ਤੋਂ ਪੱਤਰਕਾਰ ਲਾਈਵ ਦਿਖਾ ਰਹੇ ਸੀ ਜੀ, ਬਾਹਰ ਦੇ ਜਿਹੜੇ ਲੋਕ ਕੋਈ ਸਬਜ਼ੀ ਦੀ ਰੇਹੜੀ ਲਾਉਂਦਾ, ਕੋਈ ਕੁਲਚਿਆਂ ਦੀ, ਉਹਨਾਂ ਨੇ ਬੜਾ ਵਧੀਆ ਦਿਖਾਇਆ, ਉਹ ਕਹਿੰਦੇ ਵੀ ਸਾਡੇ ਤੱਕ ਹਲੇ ਕੋਈ ਪਹੁੰਚਿਆ ਨਹੀਂ, ਜੇ ਨਹੀਂ ਸਾਨੂੰ ਇੱਥੇ ਕੁਛ ਬਣਦਾ ਤਾਂ ਸਾਡੇ ਪਾਸ ਬਣਾ ਦਿਓ, ਅਸੀਂ ਆਪਣੇ ਆਪਣੇ ਮਤਲਬ ਚਲੇ ਜਾਂਦੇ ਹਾਂ, ਆਪਣੇ ਘਰ ਹੀ ਦੇਸ਼ ਚਲ ਜਾਂਦੇ ਹਾਂ। ਹਾਂ ਵੀ ਉਰੇ ਬੜੀ ਪ੍ਰੋਬਲਮ ਉਹਨਾਂ ਨੂੰ ਫੇਸ ਕਰ ਰਹੇ ਨੇ, ਉਹਨਾਂ ਦਾ ਬਿਲਕੁਲ ਸਰਕਾਰ ਨੂੰ ਸੋਚਣਾ ਚਾਹੀਦਾ ਜੀ, ਕਿਉਂਕਿ ਬਹੁਤ ਨੇ ਇੱਥੇ, ਸਿਰਫ ਮੋਗਾ ਜਾਂ ਕਿਤੇ ਨਹੀਂ, ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਵੀ ਨੇ, ਵੱਖ ਵੱਖ ਕੰਮ ਕਰਨ ਵਾਲੇ ਨੇ, ਉਹਨਾਂ ਦਾ ਵੀ ਬਿਲਕੁਲ ਇੰਤਜ਼ਾਮ ਹੋਣਾ ਚਾਹੀਦਾ। ਔਰ ਇੰਤਜ਼ਾਮ ਦੀ ਮੈਂ ਇੱਥੇ ਜ਼ਰੂਰ ਕਰਾਂ, ਏਵਨ ਪੰਜਾਬੀ ਚੈਨਲ ਨੇ ਇੱਕ ਖਬਰ ਵੀ ਨਸ਼ਰ ਕੀਤੀ ਸੀ ਕਿ ਏਵਨ ਪੰਜਾਬੀ ਚੈਨਲ ਦੀ ਖਬਰ ਦਾ ਹੀ ਅਸਰ ਸੀਗਾ ਮਕਬੂਲ ਜੀ, ਕਿ ਸੀਆਈ ਸਟਾਫ ਦੇ ਮੁਖੀ ਨੇ ਬਕਾਇਦਾ ਤੌਰ 'ਤੇ ਜਦੋਂ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦਾ ਜਿਹੜਾ ਇੱਕ ਟਵੀਟ ਕੀਤਾ ਆਇਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਮਦਦ ਕੀਤੀ ਵੀ ਹੈ, ਇਹ ਨਹੀਂ ਆ ਕਿ ਕੀਤੀ ਨਹੀਂ ਹੈ, ਮਦਦ ਕੀਤੀ ਵੀ ਹੈ। ਦੇਖੋ ਸੋਮ ਜੀ, ਕਈ ਆਪਾਂ ਵੀਡੀਓ ਦੇਖ ਰਹੇ ਹਾਂ, ਪੁਲਿਸ ਮੁਲਾਜ਼ਮਾਂ ਨੇ ਪੈਸੇ ਇਕੱਠੇ ਕਰੇ ਆਪਣੀ ਜੇਬ 'ਚੋਂ, ਜੇਬ 'ਚੋਂ ਡੀਐਸਪੀ ਸਾਹਿਬ ਘਨੌਰ ਦੇ ਜੀ, ਐਸਐਚਓ ਕਈ ਜਿਨ੍ਹਾਂ ਨੇ ਆਪਣੇ ਆਪਣੇ ਮੁਲਾਜ਼ਮਾਂ ਤੋਂ 10,000-20,000 ਕੰਟਰੀਬਿਊਟ ਕਰਕੇ ਮਦਦ ਕਰ ਰਹੇ ਨੇ, ਇਹ ਚੰਗੀ ਗੱਲ ਹੈ, ਪਰ ਜਦ ਤੱਕ ਸਰਕਾਰ ਦੀ ਨਜ਼ਰ ਦੇ ਵਿੱਚ ਜਿਹੜੇ ਬਿਲਕੁਲ ਪੂਰੀ ਪੈਣੀ ਨਜ਼ਰ ਦੇ ਨਾਲ ਉਹ ਲੋਕਾਂ ਦੀ ਮਦਦ ਨਹੀਂ ਹੁੰਦੀ ਜਿਹੜੇ ਹਲੇ ਵੀ ਤੜਫ ਰਹੇ ਨੇ, ਉਹਨਾਂ 'ਚ ਗੱਲ ਨਹੀਂ ਬਣਦੀ। ਅੱਛਾ ਮਕਬੂਲ ਜੀ, ਵੈਸੇ ਕੁਐਸਚਨਾਂ ਦੀ ਜੇ ਗੱਲ ਕਰੀਏ ਤਾਂ ਸਰਕਾਰ ਨੇ ਰਾਹਤ ਦੇਣ ਵਾਸਤੇ ਕੁਛ ਇੱਕ ਨੰਬਰ ਜਿਹੜੇ ਘੋਸ਼ਿਤ ਕੀਤੇ ਨੇ ਕਿ ਇਹ ਤੁਹਾਨੂੰ ਘਰਾਂ ਘਰਾਂ ਵਿੱਚ ਸਮਾਨ ਪਹੁੰਚਾਉਣਗੇ। ਹੁਣ ਸਵੇਰੇ ਬਹੁਤ ਸਾਰੀਆਂ ਸਵੇਰ ਦੀਆਂ ਸਾਡੇ ਕੋਲ ਵੀਡੀਓਜ਼ ਆਉਂਦੀਆਂ ਨੇ, ਮੰਡੀਆਂ ਦੇ ਵਿੱਚ ਇੰਨੀ ਗੈਦਰਿੰਗ, ਇੰਨੀ ਭੀੜ, ਮਤਲਬ ਉੱਥੇ ਕੀ ਮਤਲਬ ਮੰਡੀ ਵਾਲਿਆਂ ਦੇ, ਮਾਫ ਕਰਨਾ ਮੈਂ ਵੱਡੀ ਗੱਲ ਕਹਿਣ ਲੱਗਾ, ਕਿ ਕੋਰੋਨਾ ਵਾਇਰਸ ਜਿਹੜਾ ਹੈ ਉਹ ਮੰਡੀ ਵਾਲਿਆਂ ਦੇ ਛੱਡ ਸਕਦਾ, ਜਿੱਦਾਂ ਦੀ ਉੱਥੇ ਭੀੜ ਹੈ, ਜਿੱਦਾਂ ਦੀ ਸਰਕਾਰ ਭੀੜ ਤੋਂ ਰੋਕਣ ਦੀ ਗੱਲ ਕਰ ਰਹੀ ਹੈ? ਫਿਰ ਉਹ ਫਾਇਦਾ ਕੀ ਹੋਇਆ ਨੰਬਰਾਂ ਦਾ, ਟੈਲੀਕਾਸਟ ਕਰਿਆ ਦਾ, ਜਿਹੜੇ ਨੰਬਰ ਦਿੱਤੇ ਨੇ ਜੀ ਸਾਰੇ ਡੀਸੀ ਸਾਹਿਬਾਨਾਂ ਨੇ, ਐਸਐਸਪੀ ਸਾਹਿਬਾਨ ਨੇ, ਪਹਿਲੇ 2-3 ਦਿਨ ਤੋਂ ਨੰਬਰ ਲੱਗੇ ਹੀ ਨਹੀਂ, ਮੈਂ ਵੀ ਟਰਾਈ ਕਰਕੇ ਦੇਖੀ, ਆਪਾਂ ਵੀ ਕੀਤੀ ਟਰਾਈ, ਆਪਾਂ ਟਰਾਈ ਕਰਦੇ, ਉਹ ਨੰਬਰ ਚੱਕਦੇ ਹੀ ਨਹੀਂ, ਜੇ ਲੱਗਦੇ ਆ ਚੱਕਦੇ ਨਹੀਂ, ਪਹਿਲੀ ਗੱਲ ਲੱਗਦੇ ਨਹੀਂ। ਗੱਲ ਕਰਨ ਦੀ ਜਿਹੜੀ ਹੁਣ ਤੁਸੀਂ ਮੰਡੀਆਂ ਦੀ ਗੱਲ ਕਰਦੇ ਹੋ, ਮੰਡੀਆਂ 'ਚ ਵਾਕਈ ਕਿੰਨੇ ਵੀਡੀਓ ਆ ਰਹੇ ਨੇ, ਅੱਜ ਇਕੱਲੇ ਪੰਜਾਬ ਦੀ ਨਹੀਂ, ਕਈ ਸਟੇਟਾਂ ਦੀ, ਬਿਲਕੁਲ, ਜਿੱਥੇ ਭੀੜ ਹੋ ਜਾਂਦੀ ਹੈ ਉਹਨਾਂ ਨੂੰ ਟਾਈਮ ਦੇ ਦਿੱਤਾ ਤੁਸੀਂ, ਮੰਨ ਲਓ 5-8 ਵਜੇ ਤੱਕ ਦਾ, ਉਹ 3 ਘੰਟੇ ਤਾਂ ਭੀੜ ਲੱਗਣੀ ਉਹ ਤਾਂ ਲੱਗਣੀ ਹੈ ਇਹਨਾਂ ਨੂੰ, ਮਤਲਬ ਲਾ ਲਓ ਪੂਰਾ ਦਿਨ ਮੰਡੀ ਖੁੱਲ੍ਹੀ ਰਹੇ, ਜੇ ਉਹ ਅਲੱਗ ਅਲੱਗ ਬੈਠੇ ਨੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਫਿਰ ਕੋਈ ਫਰਕ ਨਹੀਂ ਪੈਂਦਾ, ਹਾਂ ਭਾਵੇਂ ਪੂਰਾ ਦਿਨ ਬੈਠਣ ਭਾਵੇਂ 3 ਘੰਟੇ। ਹੁਣ 3 ਘੰਟੇ ਦੇ ਵਿੱਚ ਹਪੜਾ ਤਪੜੀ ਮਰ ਜਾਂਦੀ ਹੈ, ਲੋਕ ਚੱਕ ਕੇ ਸਕੂਟਰਾਂ ਦੇ ਸਿੱਧੇ ਮੰਡੀ 'ਚ ਪਹੁੰਚਣ ਲੱਗ ਗਏ, ਜਿਹੜਿਆਂ ਦਾ ਲਾਇਸੈਂਸ ਬਣਾਇਆ ਇਹਨਾਂ ਨੇ ਜਾਂ ਬਣਾ ਦੇਣ ਜਿਨ੍ਹਾਂ ਦਾ ਨਹੀਂ, ਰੇਹੜੀ ਫੜੀ ਵਾਲੇ ਜਿਹੜੇ ਆਪਣੇ ਆਪਣੇ ਵਹੀਕਲਾਂ 'ਤੇ ਸਬਜ਼ੀਆਂ ਪਿੰਡਾਂ 'ਚ ਵੇਚਦੇ ਨੇ, ਉਹਨਾਂ ਦੀ ਹੀ ਉੱਥੇ ਐਂਟਰੀ ਹੋਵੇ, ਉੱਥੇ ਮੁਲਾਜ਼ਮ ਜ਼ਰੂਰ ਖੜ ਕੇ ਉਹਨਾਂ ਨੂੰ ਐਂਟਰ ਕਰਨ ਜਿਨ੍ਹਾਂ ਦੇ ਪਾਸ ਬਣੇ ਹੋਏ ਆ। ਬਿਲਕੁਲ, ਜਿੰਨਾ ਚਿਰ ਇਹ ਕੰਮ ਨਹੀਂ ਕਰਦੇ ਇਹ ਤਾਂ ਕੋਈ ਫਾਇਦਾ ਹੀ ਨਹੀਂ ਹੋਣਾ। ਬਿਲਕੁਲ, ਕਿਉਂਕਿ ਮੰਡੀਆਂ 'ਚੋਂ ਸਵੇਰੇ ਉਹੀ 4-3 ਘੰਟਿਆਂ ਦੇ ਵਿੱਚ ਹੀ ਸਾਰਾ ਕੁਝ ਫੈਲਣਾ ਸ਼ੁਰੂ ਹੋ ਜਾਣਾ। ਟਾਈਮ ਦੀ ਜਿਹੜੀ ਸੀਮਾ ਨਹੀਂ ਹੋਣੀ ਚਾਹੀਦੀ, ਟਾਈਮ ਅਨਲਿਮਿਟਿਡ ਹੋਣਾ ਚਾਹੀਦਾ। ਜਦੋਂ ਸਪੇਸ ਬਣ ਗਈ ਹੈ, ਸਪੇਸ ਦੇ ਨਾਲ ਉਹ ਬੈਠੇ ਨੇ, ਉੱਥੇ ਉਹੀ ਬੰਦਾ ਜਾਵੇ ਜਿਹਦਾ ਪਾਸ ਹੈ, ਉਹ ਭਾਵੇਂ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਬੈਠੇ ਰਹਿਣ, ਕੋਈ ਫਰਕ ਨਹੀਂ। ਬਿਲਕੁਲ ਬਿਲਕੁਲ, ਇਹ ਮੰਡੀਆਂ ਦੇ ਵਿੱਚ ਜਿਹੜੀ ਭੀੜ ਭੜੱਕਾ, ਲੇਕਿਨ ਪਿੰਡਾਂ ਦੇ ਵਿੱਚ ਵੀ ਨਹੀਂ ਰੋਕ ਰਿਹਾ।
ਅਜੇ ਵੀ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਸਾਡੇ ਕੋਲ ਆਉਂਦੀਆਂ ਨੇ, ਬਹੁਤ ਸਾਰੇ ਫੋਨਸ ਵੀ ਆਉਂਦੇ ਨੇ ਕਿ ਪਿੰਡਾਂ ਦੇ ਵਿੱਚ ਦਰਵਾਜ਼ਾ ਹੁੰਦਾ, ਇੱਕ ਸਾਂਝੀ ਦਰਵਾਜ਼ਾ, ਕੋਈ ਸੱਥ ਕਹਿੰਦਾ, ਕੋਈ ਦਰਵਾਜ਼ਾ ਕਹਿੰਦਾ, ਉੱਥੇ ਅਜੇ ਵੀ ਢਾਣੀਆਂ ਬੰਨ ਬੰਨ ਜਿਹੜੇ ਲੋਕ ਹੈ, ਵਿੱਚੇ ਬਜ਼ੁਰਗ ਹੈ, ਵਿੱਚੇ ਨੌਜਵਾਨ ਹੈ, ਪੂਰੀ ਮੌਜ ਮਸਤੀ ਤਾਸ਼ ਕੁੱਟ ਰਹੇ ਨੇ ਉੱਥੇ ਬੈਠੇ ਹੋਏ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ? ਆਪਾਂ ਦੇਖੋ, ਤੁਸੀਂ ਹੋ ਗਏ, ਮੀਡੀਆ ਹੋ ਗਈ, ਅਸੀਂ ਸਾਰੇ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਪਿੰਡਾਂ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਜੀ, ਵੀ ਫੋਨ ਵੀ ਆਏ ਮੈਨੂੰ ਵੀ ਦੋ ਚਾਰ ਬੰਦਿਆਂ ਦੇ ਵੀ ਸਾਡੇ ਪਿੰਡ ਦੇ ਵਿੱਚ ਕੋਈ ਜਾਂਦਾ ਪੱਤਰਕਾਰ ਆ ਜਾਵੇ, ਕਿਸੇ ਤਰ੍ਹਾਂ ਨਿਊਜ਼ ਲੱਗ ਜਾਵੇ, ਉਹਦਾ ਕੋਈ ਫਾਇਦਾ ਨਹੀਂ, ਬਿਲਕੁਲ, ਜਦ ਤੱਕ ਉਹਨਾਂ ਨੇ ਆਪ ਨਹੀਂ ਸਮਝਣਾ। ਬਹੁਤ ਭਿਆਨਕ ਵੱਡੀ ਬਿਮਾਰੀ ਆ, ਅਲੱਗ ਅਲੱਗ ਕੰਟਰੀਆਂ ਦੇ ਤੁਸੀਂ ਹਾਲ ਦੇਖ ਰਹੇ ਹੋ ਮੀਡੀਆ ਦੇ ਥਰੂ, ਉਹ ਇਹੋ ਜਿਹੇ ਕੰਮਾਂ 'ਚ ਕੋਈ ਝੂਠ ਨਹੀਂ ਬੋਲਦਾ, ਕੀ ਹਾਲ ਹੋ ਰਿਹਾ। ਬਿਲਕੁਲ ਬਿਲਕੁਲ, ਦੇਖੋ ਆਪਣੇ ਬੜੀ ਖੁਸ਼ੀ ਦੀ ਗੱਲ ਹੈ, ਪਿੱਛੇ ਜੇ ਕੱਲ੍ਹ ਤੁਸੀਂ ਨਿਊਜ਼ ਦੇ ਵਿੱਚ ਕੀਤਾ ਵੀ ਕੁਛ ਪਰਸੈਂਟੇਜ ਦੀ ਕਮੀ ਆਈ ਹੈ, ਬਿਲਕੁਲ, ਇਹ ਤਾਂ ਹੀ ਆਈ ਹੈ ਜੇ ਲੋਕ ਲੋਕਡਾਊਨ ਹੋਣਗੇ, ਘਰਾਂ 'ਚ ਰਹਿਣਗੇ, ਬਿਲਕੁਲ, ਇੱਦਾਂ ਹੀ ਪਿੰਡਾਂ ਦੇ ਲੋਕਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਘਰਾਂ ਦੇ ਅੰਦਰ ਰਹਿਣਾ ਚਾਹੀਦਾ, ਕੋਈ ਥੋੜੇ ਦਿਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਆਪਾਂ ਸੱਥ 'ਚ ਇਕੱਠੇ ਹੋਣਾ ਜਾਂ ਬਿਲਕੁਲ ਦਰਵਾਜ਼ਿਆਂ 'ਚ, ਪ੍ਰੋਬਲਮ ਸਭ ਨੂੰ ਪਤਾ, ਸਭ ਨੂੰ ਇਹ ਹੋ ਜਾਣੀ ਹੈ, ਇੱਕ ਪਿੰਡ 'ਚ ਇੱਕ ਵਾਰ ਚਲੀ ਗਈ ਤਾਂ ਇਹ ਬਿਲਕੁਲ ਸਾਂਭੀ ਨਹੀਂ ਜਾਣੀ, ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਜੇ ਫਿਰ ਵੀ ਆਪਾਂ ਕੁਛ ਠੀਕ ਹਾਂ। ਅੱਛਾ ਜੇ ਆਪਾਂ ਮਕਬੂਲ ਜੀ ਗੱਲ ਕਰੀਏ, ਤੇ ਪਿਛਲੇ ਦਿਨੀ ਏਵਨ ਪੰਜਾਬੀ ਚੈਨਲ ਤੇ ਇੱਕ ਖਬਰ ਵੀ ਆਪਾਂ ਨਸ਼ਰ ਕੀਤੀ ਸੀ ਕਿ ਟਰੱਕ ਡਰਾਈਵਰ ਨੇ ਜਿਹੜੇ ਕਿ ਪੰਜਾਬ ਤੋਂ, ਮਤਲਬ ਉਹਨਾਂ ਦਾ ਪਿਛੋਕੜ ਜਿਹੜਾ ਪੰਜਾਬ ਹੈ, ਲੇਕਿਨ ਬਾਹਰਲੀਆਂ ਸਟੇਟਸ ਦੇ ਵਿੱਚ ਫਸੇ ਹੋਏ ਨੇ, ਤੇ ਬਹੁਤ ਸਾਰੇ ਲੋਕ ਨੇ ਜੋ ਬਾਹਰਲੀਆਂ ਸਟੇਟਾਂ ਦੇ ਪੰਜਾਬ ਦੇ ਵਿੱਚ ਗੁਰਦੁਆਰਿਆਂ ਵਿੱਚ ਮੰਦਰਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਫਿਰ ਸਰਕਾਰਾਂ ਦੀ ਗੱਲ ਆ ਗਈ, ਜਿੱਥੇ ਟਰੱਕਾਂ ਵਾਲੇ ਫਸੇ, ਆਪਾਂ ਵੀਡੀਓ ਦੇਖਿਆ, ਉਹ ਕਹਿੰਦੇ ਵੀ ਅਸੀਂ ਤਾਂ ਲਾਈਨਾਂ ਲੱਗੀਆਂ ਪਈਆਂ, ਉਹ ਉਹਨਾਂ ਨੂੰ ਚੱਲਣਾ ਇਜਾਜ਼ਤ ਮਿਲਣ ਦਾ ਸ਼ਾਇਦ ਭਾਰਤ ਸਰਕਾਰ ਨੇ ਦੇ ਵੀ ਦਿੱਤੀ ਹੈ ਜੀ, ਪਤਾ ਲੱਗਿਆ। ਉਹ ਮੰਨ ਲਓ ਹੁਣ 100-100, 200-200, 300-300, 500-500 ਕਿਲੋਮੀਟਰ ਤੱਕ ਟਰੱਕ ਭਾਰਤ 'ਚ ਜਾਂਦੇ ਆ, ਬਿਲਕੁਲ, ਉਹਨਾਂ ਲਈ ਵੀ ਰਸਤੇ ਦੇ ਵਿੱਚ ਕੋਈ ਨਾ ਕੋਈ ਖਾਣ ਦਾ ਸਿਸਟਮ ਕਰ ਦੇਣਾ ਚਾਹੀਦਾ, ਕੋਈ ਨਾ ਕੋਈ 100-100, 50-50 ਕਿਲੋਮੀਟਰ ਤੋਂ ਬਾਅਦ ਢਾਬੇ ਜੀ, ਉੱਥੇ ਇੱਕ ਨਾ ਅੱਧਾ ਸਿਪਾਹੀ ਖੜੇ ਜਿਹੜਾ ਦੇਖੋ ਇੰਤਜ਼ਾਮ ਨੂੰ ਦੇਖੇ ਜੀ, ਕਿਉਂਕਿ ਕੀ ਨਹੀਂ ਕਰ ਸਕਦੀ ਗੌਰਮੈਂਟ, ਸਭ ਕੁਛ ਕਰ ਸਕਦੀ ਹੈ, ਬਿਲਕੁਲ, ਉਹਨਾਂ ਨੂੰ ਇਜਾਜ਼ਤ ਮਿਲਣੀ ਚਾਹੀਦੀ ਆਉਣ ਦੀ ਜੀ, ਜਾਣ ਦੀ, ਰਾਸ਼ਨ ਸਮਾਨ ਤਾਂ ਹੀ ਆਊਗਾ, ਬਿਲਕੁਲ, ਮਤਲਬ ਉਹਨਾਂ ਨੂੰ ਹਦਾਇਤਾਂ ਹੋਣ ਵੀ ਤਰੀਕੇ ਨਾਲ ਦੇਖੋ ਇਕੱਠੇ ਨਾ ਹੋਣ, ਇਤਿਹਾਸ ਜ਼ਰੂਰ ਵਰਤਣ। ਦੂਜੀ ਗੱਲ, ਇੱਥੇ ਜਿਹੜੇ ਫਸੇ ਹੋਏ ਨੇ, ਹਾਂ, ਗੁਰਦੁਆਰਿਆਂ ਵਿੱਚ ਨੇ, ਮੰਦਰਾਂ ਵਿੱਚ ਨੇ, ਅਜੇ ਵੀ ਫਸੇ ਹੋਏ ਨੇ, ਸਟੂਡੈਂਟਸ ਨੇ, ਸਟੂਡੈਂਟਸ, ਉਹਨਾਂ ਦੇ ਵੀ ਪਾਸ ਬਣਨੇ ਚਾਹੀਦੇ, ਉਹ ਆਪਣੇ ਆਪਣੇ ਘਰ ਪਹੁੰਚ ਜਾਣ, ਕਿਉਂਕਿ ਇੱਥੇ ਕਿੰਨਾ ਚਿਰ ਕੋਈ ਕਿਸੇ ਨੂੰ ਰੱਖੇਗਾ, ਬਿਲਕੁਲ, ਜੇ ਕਿਤੇ ਇੱਦਾਂ ਦੀ ਕੋਈ ਬਿਮਾਰੀ ਲੱਗਦੀ ਆ ਤਾਂ ਦੂਜੇ ਨੂੰ ਬਲੇਮ ਦਿੰਦੇ ਆ, ਉਹਨਾਂ ਨੂੰ ਵੀ ਪਹੁੰਚਣਾ ਚਾਹੀਦਾ, ਆਪਣੇ ਮਤਲਬ ਉਹਦੇ ਪਾਸ ਬਣ ਜਾਣੇ ਚਾਹੀਦੇ, ਉਹਨਾਂ ਨੂੰ ਕਿਸੇ ਨਾ ਕਿਸੇ ਇੰਤਜ਼ਾਮ ਨਾਲ ਪਹੁੰਚਾਉਣਾ ਚਾਹੀਦਾ। ਲੇਕਿਨ ਮਕਬੂਲ ਜੀ, ਇਹਨਾਂ ਦਿਨਾਂ ਵਿੱਚ ਆਪਾਂ ਜੇ ਗੱਲ ਕਰੀਏ, MLA ਚੁਣੇ ਹੋਏ ਨੇ, MC ਸਾਹਿਬ ਚੁਣੇ ਹੋਏ ਨੇ, ਕੁਛ ਇੱਕ ਸਰਪੰਚ, ਵਾਰਡ ਦੇ ਕੁਛ ਪਦਵੰਤੇ ਸੱਜਣ ਨੇ, ਉਹਨਾਂ ਨੂੰ ਵੀ ਕੁਛ ਨਾ ਕੁਛ ਹੁਣ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਉਹ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ। ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਇਹ ਸਮਾਂ, ਕੋਈ ਪਾਰਟੀ ਹੈ ਉਹ ਇਹੀ ਦੇਖਣ ਵੀ ਕਿਹਨੂੰ ਜ਼ਰੂਰਤ ਹੈ, ਹੁਣ ਦੇਖੋ ਬਿਲਕੁਲ ਜਿਹਨੂੰ ਜ਼ਰੂਰਤ ਆ ਉਹਦੇ ਤੱਕ ਰਾਸ਼ਨ ਪਾਣੀ ਜਾਂ ਪੈਸੇ ਦੀ ਜੋ ਵੀ ਦਿੱਕਤ ਹੈ ਦੂਰ ਹੋਣੀ ਚਾਹੀਦੀ ਹੈ। ਅਤੇ ਰਹੀ ਗੱਲ ਸਰਪੰਚਾਂ ਦੀ, ਸਰਪੰਚ ਮੈਂ ਵੀ ਗੱਲ ਕੀਤੀ ਇੱਕ ਦੋ ਸਰਪੰਚ ਨਾਲ ਵੀ ਪਿੰਡ ਨੂੰ ਸੈਨੀਟਾਈਜ਼ ਕੀਤਾ ਜਾਵੇ ਵੀ ਚਲੋ ਇਸ ਆਉਣ ਤੋਂ ਪਹਿਲਾਂ ਬਿਮਾਰੀ ਤੋਂ ਜੇ ਰੋਕਥਾਮ ਕਰਾਂਗੇ ਤਾਂ ਹੀ ਬਚਿਆ ਜਾਊ, ਬਾਉਂਡਰੀ ਕਰ ਲਈ। ਕਈ ਕਹਿੰਦੇ ਵੀ ਨਹੀਂ ਹਲੇ ਆਪਣੇ ਕਿਹੜਾ ਕੁਛ ਹੋਇਆ, ਇੰਤਜ਼ਾਰ ਕਰ ਰਹੇ, ਇੰਤਜ਼ਾਰ ਕਰਦੇ, ਕਿੱਡੀ ਮਾੜੀ ਗੱਲ ਹੈ ਇਹ, ਬਿਲਕੁਲ ਕੁਛ ਵੀ ਗੱਲ ਨਹੀਂ ਹੈਗੀ, ਇਹ ਸੈਨੀਟਾਈਜ਼ ਦੇਸੀ ਤਰੀਕੇ ਨਾਲ ਤਿਆਰ ਹੋ ਜੂਗਾ, ਪਿੰਡ ਚੋਂ ਮੁੰਡੇ ਕੰਮ ਕਰਨ ਨੂੰ ਤਿਆਰ ਨੇ, ਕਿਉਂ ਨੀ ਰੋਡਾਂ ਦੇ ਉੱਤੇ, ਪਿੰਡਾਂ ਦੇ ਉੱਤੇ ਜਾਂ ਸ਼ਹਿਰਾਂ ਚ ਵੀ MC ਰਲ ਕੇ ਇਹਨੂੰ ਸੈਨੀਟਾਈਜ਼ ਕਰਨ ਤਾਂ ਇਹ ਬਿਮਾਰੀ ਮਤਲਬ ਦੂਰ ਰਹੇ ਆਪਾਂ ਤੋਂ। ਬਿਲਕੁਲ, ਜੇ ਆਈ ਗਈ ਫਿਰ ਬਾਅਦ ਚ ਸੈਨੀਟਾਈਜ਼ ਕਰਨ ਦਾ ਕੀ ਫਾਇਦਾ, ਕੋਈ ਫਾਇਦਾ। ਇਸ ਕਰਕੇ MC ਸਾਹਿਬਾਨ, ਪਿੰਡਾਂ ਦੇ ਸਰਪੰਚ, ਹੋਰ ਜਿੰਨੇ ਵੀ ਨੇਤਾ ਨੇ ਆਪਣੇ,
ਇਹ ਸਾਰੇ ਰਲ ਕੇ ਬਸ ਉਹੀ ਪਾਰਟੀ ਬਾਜੀ ਜਦੋਂ ਛੱਡਤੀ ਤਾਂ ਆਪਣਾ ਪੂਰੇ ਦੇਸ਼ ਦਾ ਜਿੱਥੇ ਜਿੱਥੇ ਗਰੀਬ ਆ ਉਹਨਾਂ ਦਾ ਹੱਲ ਮਸਲਾ ਹੋ ਜੂਗਾ। ਸੋ ਦੋਸਤੋ, ਵਾਕਈ ਮਕਬੂਲ ਜੀ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਉਹ ਵਾਕਈ ਅੱਜ ਦੇ ਦੌਰ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨੇ। ਔਰ ਜਿਸ ਬਾਰੇ ਵੀ ਇਹਨਾਂ ਨੇ ਗੱਲ ਕੀਤਾ, ਬੇਸ਼ੱਕ ਉਹ 3 ਕਿਸ਼ਤਾਂ ਦੀ ਗੱਲ ਕੀਤੀ ਹੈ, ਬਿਜਲੀ ਦੇ ਬਿੱਲ ਦੀ, ਪਿੰਡਾਂ ਦੀ ਗੱਲ ਹੈ, ਸਮਾਜ ਸੇਵੀ ਸੰਸਥਾਵਾਂ ਦੀ ਗੱਲ ਹੈ, ਪ੍ਰਸ਼ਾਸਨ ਦੀ ਗੱਲ ਹੈ, ਸਾਰੀਆਂ ਗੱਲਾਂ ਦੇ ਉੱਪਰ ਸਾਨੂੰ ਜ਼ਰੂਰ ਕੁਛ ਨਾ ਕੁਛ ਅਮਲ ਕਰਨਾ ਚਾਹੀਦਾ ਹੈ। ਮਕਬੂਲ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਸੋਮ ਜੀ ਇੱਕ ਬੇਨਤੀ ਕਰਨੀ ਚਾਹੁੰਦਾ, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੀ ਵੀਡੀਓਜ਼ ਬਹੁਤ ਸੋਸ਼ਲ ਮੀਡੀਆ 'ਤੇ ਆਈਆਂ ਨੇ ਵੀ ਕੁੱਟ ਮਾਰਦੀਆਂ, ਹੈ ਨਾ ਜੀ। ਹੁਣ ਨਿਰਦੇਸ਼ ਜਾਰੀ ਹੋਏ ਨੇ, ਕੁਛ ਪੁਲਿਸ ਦੇ ਜਿਹੜੇ ਵਧੀਆ ਮੁਲਾਜ਼ਮ ਨੇ ਉਹਨਾਂ ਨੇ ਖੁਦ ਵੀਡੀਓ ਪਾ ਕੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਜੀ ਵੀ ਇੱਦਾਂ ਦਾ ਹੁਣ 2-3 ਦਿਨ ਤੋਂ ਕੁਛ ਨਹੀਂ ਆਇਆ, ਬਿਲਕੁਲ, ਅਤੇ ਨਾ ਹੀ ਲੱਗਦਾ ਕਿ ਆਊਗਾ। ਸਾਰਿਆਂ ਨੂੰ ਬੇਨਤੀ ਹੈ ਪਿਆਰ ਨਾਲ ਸਾਰਿਆਂ ਨੂੰ ਡੀਲ ਕਰਨ। ਪੰਜਾਬੀ ਲੋਕ ਬੜੇ ਸਿਆਣੇ ਆ, ਜੇ ਪਿਆਰ ਨਾਲ ਸਮਝਾਵਾਂਗੇ ਤਾਂ ਉਹ ਮੁੜਦੇ ਆ। ਬਿਲਕੁਲ, ਇਹ ਲੋਕਾਂ ਨੂੰ ਵੀ ਅਪੀਲ ਆ, ਸਾਰਿਆਂ ਨੂੰ, ਨੌਜਵਾਨ ਪੀੜ੍ਹੀ ਨੂੰ ਅਪੀਲ ਆ ਸਾਰਿਆਂ ਨੂੰ ਵੀ ਜੇ ਤੁਸੀਂ ਕਿਤੇ ਜਾਣਾ ਪਹਿਲਾਂ ਪਿਆਰ ਨਾਲ ਦੱਸੋ ਉਹਨਾਂ ਨੂੰ ਵੀ ਆਹ ਮਜਬੂਰੀ ਹੈ। ਜੇ ਕਿਹੜੀ ਮਜਬੂਰੀ ਆ ਤਾਂ ਸਰਕਾਰ ਨੇ ਕਿਹਾ ਉਹ ਜਾ ਸਕਦਾ, ਪਰ ਬਿਨਾਂ ਵਜ੍ਹਾ ਤੋਂ ਜੇ ਜਾ ਕੇ ਦੇਖੀਏ ਵੀ ਕਰਫਿਊ ਦੇਖਣ ਚੱਲੇ ਆ ਜਾਂ ਕਰਨ ਚੱਲੇ ਆ, ਉਹ ਵੀ ਗਲਤ ਹੈ। ਬਿਲਕੁਲ, ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਘਰਾਂ 'ਚ ਬੈਠ ਜਾਣ, ਬਿਨਾਂ ਕੰਮ ਤੋਂ ਨਿਕਲਣ ਦੀ ਜ਼ਰੂਰਤ ਨਹੀਂ ਹੈ। ਬਿਲਕੁਲ, ਇਹ ਸਮਾਂ ਕਈ ਵਾਰੀ ਤਾਂ ਕਹਿੰਦੇ ਸਾਨੂੰ ਸਮਾਂ ਨਹੀਂ ਮਿਲਦਾ ਘਰਾਂ 'ਚ ਬੈਠਣ ਦਾ, ਮਸ਼ੀਨੀ ਯੁੱਗ 'ਚ ਬਣ ਗਿਆ, ਅੱਜ ਸਮਾਂ ਮਿਲ ਗਿਆ ਕੁਦਰਤੀ ਬੈਠੋ ਅਤੇ ਬਾਕੀ ਅੱਗੇ ਪਰਮਾਤਮਾ ਨੂੰ ਅਰਦਾਸ ਕਰੋ। ਬਿਲਕੁਲ ਜੀ, ਬਿਲਕੁਲ, ਮਕਬੂਲ ਜੀ ਨੇ ਬਹੁਤ ਵਧੀਆ ਬੇਨਤੀ ਕੀਤੀ ਔਰ ਇਸ ਬੇਨਤੀ 'ਤੇ ਸਿਰਫ ਤਾਂ ਸਿਰਫ ਅਮਲ ਕਰਨ ਦੀ ਜ਼ਰੂਰਤ ਹੈ। ਸੋ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਮੈਨੂੰ ਸੋਮ ਸਹੋਤਾ ਨੂੰ ਅਤੇ ਸਾਡੇ ਬਹੁਤ ਹੀ ਰਿਸਪੈਕਟਡ ਮੋਹਨ ਸਿੰਘ ਮਕਬੂਲ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।